ਤੁਸੀਂ ਵੇਖ ਰਹੇ ਹੋ ਲਿਬਰਟੀ ਟੀਵੀ ਪੰਜਾਬੀ ਮਹਤਾਜ ਦਾ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਜੀ ਮੁੱਦਾ ਸਿਹਤ ਮੰਤਰੀ ਦਾ ਮੁੱਦਾ ਸਿਹਤ ਮੰਤਰੀ ਨੂੰ ਨਾਲ ਬਿਠਾ ਕੇ ਵੀ ਦੂਰ ਕਰਨ ਦਾ ਜੀ ਹਾਂ ਪੰਜਾਬ ਦੇ ਸਿਹਤ ਮੰਤਰੀ ਮੁੱਖ ਮੰਤਰੀ ਨਾਲ ਬੈਠਕ 'ਚ ਬੈਠਦੇ ਨੇ ਬਿਲਕੁਲ ਨਾਲ ਵਾਲੀ ਕੁਰਸੀ ਤੇ ਬੈਠਦੇ ਨੇ ਪਰ ਕਹਿੰਦੇ ਨੇੜੇ ਹੋਣ ਦੇ ਬਾਵਜੂਦ ਵੀ ਦੂਰੀਆਂ ਬਹੁਤ ਨੇ ਅਸਲ ਦੇ ਵਿੱਚ ਕੱਲ ਇੱਕ ਬੈਠਕ ਹੁੰਦੀ ਹੈ ਬੈਠਕ ਪੰਜਾਬ ਦੇ ਸਿਹਤ ਸਿਸਟਮ ਨੂੰ ਲੈ ਕੇ ਹੁੰਦੀ ਹੈ ਕਿ ਪੰਜਾਬ ਦੇ ਵਿੱਚ ਜਿਸ ਜਿਹੋ ਜਿਹੀ ਹਾਲਤ ਪੰਜਾਬ ਦੇ ਹਸਪਤਾਲਾਂ ਦੀ ਹੈ ਜਿਹੋ ਜਿਹੀ ਹਾਲਤ ਪੰਜਾਬ ਦੇ ਸਿਹਤ ਸਿਸਟਮ ਦੀ ਹੈ ਕਿ ਨਾ ਹਸਪਤਾਲ 'ਚ ਡਾਕਟਰ ਪੂਰੇ ਨੇ ਨਾ ਦਵਾਈਆਂ ਪੂਰੀਆਂ ਨੇ ਨਾ ਗੱਦੇ ਨੇ ਨਾ ਬੈੱਡ ਨੇ ਨਾ ਫਰਨੀਚਰ ਹੈ ਸੋ ਇਹ ਸਾਰੀਆਂ ਫਿਰ ਉਸ ਤੋਂ ਬਾਅਦ ਦਵਾਈਆਂ ਦਾ ਵੱਡਾ ਸਵਾਲ ਹੈ ਪੰਜਾਬ ਦੇ ਵਿੱਚ ਸਰਕਾਰੀ ਹਸਪਤਾਲਾਂ ਦੇ ਵਿੱਚ ਨਾ ਤਾਂ ਮਤਲਬ ਕਿ ਸੱਪ ਕੱਟੇ ਦਾ ਟੀਕਾ ਮਿਲੇ ਨਾ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਫੰਬੇ ਮਿਲਣ ਨਾ ਪੰਜਾਬ ਦੇ ਸਰਕਾਰੀ ਹਸਪਤਾਲਾਂ 'ਚ ਟਾਂਕੇ ਲਾਉਣ ਵਾਲਾ ਧਾਗਾ ਮਿਲੇ ਨਾ ਹੀ ਪੰਜਾਬ ਦੇ ਹਸਪਤਾਲ 'ਚ ਦਵਾਈਆਂ ਮਣ ਜੀ ਹਾਂ 200 ਤੋਂ ਵੱਧ ਦਵਾਈਆਂ ਰਜਿਸਟਰਡ ਨੇ 245 ਦੇ ਕਰੀਬ ਜਿਦੇ ਵਿੱਚੋਂ 100 ਤੋਂ ਵੱਧ ਦਵਾਈਆਂ ਪਿਛਲੇ ਕਿੰਨੇ ਦਿਨਾਂ ਤੋਂ ਪਹੁੰਚ ਹੀ ਨਹੀਂ ਰਹੀਆਂ ਤੇ ਚਰਚਾ ਇਹ ਆ ਕਿ ਇਸ ਲਈ ਨਹੀਂ ਪਹੁੰਚ ਰਹੀਆਂ ਕਿਉਂਕਿ ਇਹ ਕਹਿੰਦੇ ਸਟਾਕ ਇਕੱਠਾ ਕੀਤਾ ਜਾ ਰਿਹਾ ਤਾਂ ਕਿ ਮਹੱਲਾ ਕਲੀਨਿਕਾ 'ਚ ਦਵਾਈ ਰੱਖੀ ਜਾ ਸਕੇ ਪਰ ਪੰਜਾਬ ਦੇ ਮੁੱਖ ਮੰਤਰੀ ਨੇ ਕੱਲ ਸਿਹਤ ਮੰਤਰੀ ਜੋੜਾ ਮਾਜਰਾ ਨੂੰ ਨਾਲ ਬਿਠਾ ਕੇ ਸਮੁੱਚੇ ਵਿਭਾਗ ਦੇ ਵੱਡੇ ਅਧਿਕਾਰੀਆਂ ਨੂੰ ਬਿਠਾਇਆ ਤੇ ਸਮੀਖਿਆ ਕੀਤੀ ਕਿ ਆਪਾਂ ਦਵਾਈਆਂ ਲਈ ਕੀ ਕਰ ਸਕਦੇ ਆ ਆਪਾਂ ਡਾਕਟਰਾਂ ਲਈ ਕਿਵੇਂ ਕਰ ਸਕਦੇ ਆ ਖਾਮੀਆਂ ਕਿਵੇਂ ਦੂਰ ਕਰ ਸਕਦੇ ਆ ਆ ਮਲੇਰੀਆ ਆ ਰਿਹਾ ਹੈ ਆ ਟਾਈਫਾਇਡ ਹੋ ਰਿਹਾ ਲੋਕਾਂ ਨੂੰ ਆ ਡੇਂਗੂ ਹੋ ਗਿਆ ਇਹਦੇ ਲਈ ਕੀ ਪ੍ਰਬੰਧ ਨੇ ਸੋ ਸਾਰੀ ਸਮੀਖਿਆ ਬੈਠਕ ਚ ਲੰਬੀ ਬੈਠਕ ਹੋਈ ਕਹਿੰਦੇ ਪਰ ਇਹ ਸਾਰੀ ਬੈਠਕ ਦੀ ਖਾਸ ਗੱਲ ਜਿਹੜੀ ਚਰਚਾ ਰਹੀ ਹੁਣ ਵੀਡੀਓ ਤਾਂ ਆ ਹੀ ਨਹੀਂ ਪਾਈ ਉਕੇ ਵੀਡੀਓ ਵਾਲੀ ਗੱਲ ਖੁਦ ਮੁੱਖ ਮੰਤਰੀ ਸਾਹਿਬ ਨੇ ਕਹੀ ਆ ਕਿ ਭਾਈ ਹੁਣ ਮੰਤਰੀ ਜਾਣ ਐਮਐਲਏ ਜਾਣ ਆਮ ਆਦੀ ਪਾਰਟੀ ਦੇ ਲੀਡਰ ਜਾਣ ਜਦੋਂ ਸਰਕਾਰੀ ਦਫ਼ਤਰ ਜਾਓ ਛਾਪਾ ਮਾਰੋ ਮੀਟਿੰਗ ਕਰੋ ਬੈਠੋ ਆ ਵੀਡੀਓ ਬਣਾਉਣ ਤੋਂ ਬਚਿਆ ਕਰੋ ਜੀ ਇਹ ਉਹ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਖੁਦ ਸਟੇਜ ਰੈਲੀਆਂ ਕਰਦੇ ਹੋਏ ਕਹਿੰਦੇ ਰਹੇ ਨੇ ਜਾਂ ਉਸ ਪਾਰਟੀ ਵੱਲੋਂ ਚੁਣੇ ਹੋਏ ਮੁੱਖ ਮੰਤਰੀ ਨੇ ਜਿਨ੍ਹਾਂ ਦਾ ਸੁਪਰੀਮਾ ਅਰਵਿੰਦ ਕੇਜਰੀਵਾਲ ਰੈਲੀਆਂ 'ਚ ਕਹਿੰਦੇ ਰਹੇ ਨੇ ਕਿ ਬਸ ਮੋਬਾਈਲ ਰੱਖਿਓ ਜੇਬ 'ਚ ਜਿਹੜੇ ਦਫ਼ਤਰ ਜਾਓ ਜਿਹੜੇ ਕੰਮ ਕਰਾਉਣ ਜਾਓ ਮੋਬਾਈਲ ਔਨ ਕਰ ਲਿਓ ਜੇ ਕੋਈ ਰਿਸ਼ਬਤ ਮੰਗੇ ਤਾਂ ਸਾਨੂੰ ਵੀਡੀਓ ਪਾ ਦਿਓ ਹੁਣ ਜਦੋਂ ਆਪਣੀ ਵਾਰੀ ਆਈ ਹੁਣ ਕਹਿੰਦੇ ਵੀਡੀਓ ਨਾ ਬਣਾਇਓ ਬਿਲਕੁਲ ਤੇ ਉਹ ਉਥੇ ਹੁਕਮ ਸੁਣਾਉਣ ਵਾਲੇ ਸਾਰੀ ਬੈਠਕ ਦੇ ਵਿੱਚ ਸਿਰਫ ਤੇ ਸਿਰਫ ਅਧਿਕਾਰੀਆਂ ਨੂੰ ਸਮੋਦਨ ਹੁੰਦੇ ਰਹੇ ਕਹਿੰਦੇ ਮੁੱਖ ਮੰਤਰੀ ਸਾਹਿਬ ਨੇ ਸਵਾਲ ਅਧਿਕਾਰੀਆਂ ਨੂੰ ਸਿਹਤ ਅਧਿਕਾਰੀਆਂ ਨੂੰ ਪੁੱਛੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਰਾਏ ਲਈ ਉਹਨਾਂ ਨਾਲ ਵਿਚਾਰ ਚਰਚਾ ਕੀਤੀ ਮੰਤਰੀ ਸਾਹਿਬ ਕੰਨੀ ਗੌਰੇ ਨਹੀਂ ਕੀਤਾ ਤੇ ਕੀ ਮੰਤਰੀ ਸਾਹਿਬ ਨਾਲ ਨਾਰਾਜ਼ਗੀ ਦਿਖਾਈ ਜਾ ਰਹੀ ਹੈ बीसी ਵਾਲੇ ਮਾਮਲੇ 'ਚ 22 ਚਾਂਸਲਰ ਡਾਕਟਰ ਰਾਜਬਾਦਰ ਵਾਲੇ ਮਾਮਲੇ 'ਚ ਬਿਲਕੁਲ ਜੀ ਉਹ ਨਾਰਾਜ਼ਗੀ ਦਾ ਕਹਿੰਦੇ ਅਸਰ ਕੱਲ ਬੈਠਕ 'ਚ ਨਜ਼ਰ ਆਇਆ ਪਰ ਇਸ ਬੈਠਕ 'ਚ ਮੰਤਰੀ ਸਾਹਿਬ ਨੂੰ ਇਹ ਜ਼ਰੂਰ ਕਿਹਾ ਗਿਆ ਕਿ ਭਾਈ ਆ ਵੀਡੀਓ ਵੀਡੀਓ ਬਣਾਉਣ ਤੋਂ ਬਚਿਆ ਕਰੋ ਐਵੇਂ ਬਵਾਦ ਹੁੰਦੇ ਨੇ ਤੇ ਇਹੀ ਸੁਨੇਹਾ ਇੱਕ ਦਿਨ ਪਹਿਲਾਂ ਪੰਜਾਬ ਦੇ ਐਮਐਲਏ ਨਾਲ ਬੈਠਕ ਦੇ ਵਿੱਚ ਵੀ ਮੁੱਖ ਮੰਤਰੀ ਸਾਹਿਬ ਨੇ ਦਿੱਤਾ ਕਿ ਭਾਈ ਆ ਵੀਡੀਓ ਵੀਡੀਓ ਬਣਾਉਣ ਤੋਂ ਬਚੋ ਪਰ ਜਿਹੜਾ ਪਹਿਲੂ ਵੱਡਾ ਹੈ ਜਿਹੜਾ ਸਵਾਲ ਵੱਡਾ ਹੈ ਉਹ ਹੈ ਜੀ ਕਿ 22 ਚਾਂਸਲਰ ਦਾ ਮਾਮਲਾ ਹੁਣ ਕਿਵੇਂ ਨਿਬੜ ਰਿਹਾ 22 ਚਾਂਸਲਰ ਦਾ ਮਾਮਲਾ ਪਰ ਉਹ ਤੋਂ ਪਹਿਲਾਂ ਸਵਾਲ ਇਹ ਹੋ ਗਿਆ ਕਿ ਜਿਹੜੇ ਆ ਮੰਤਰੀ ਸਾਹਿਬ ਦੂਰ ਕੀਤੇ ਪੁਰਾਣੇ ਮੰਤਰੀ ਕਿਵੇਂ ਨਿੜਿਆ ਰਹੇ ਨੇ ਬੀਜੇ ਸਿੰਘ ਲਾ ਪੰਜਾਬ ਦੇ ਪਹਿਲੀ ਸਰਕਾਰ ਜਦੋਂ ਬਣਦੀ ਆਮ ਆਦਮੀ ਪਾਰਟੀ ਦੀ ਉਹਦੇ ਪਹਿਲੇ ਸਿਹਤ ਮੰਤਰੀ ਨੇ ਤੇ ਸਿਹਤ ਮੰਤਰੀ ਬਣਨ ਤੋਂ ਬਾਅਦ ਰੋਲਾ ਪੈਂਦਾ ਕਿ ਜਿਹਨਾਂ ਦੀ ਇੱਕ ਵੀਡੀਓ ਵਾਇਰਲ ਹੋ ਗਈ ਜੀ ਰਿਸ਼ਵਤ ਮੰਗ ਰਹੇ ਸੀ 1% ਕਮਿਸ਼ਨ ਮੰਗ ਰਹੇ ਸੀ ਮੁੱਖ ਮੰਤਰੀ ਸਾਹਿਬ ਕਹਿੰਦੇ ਸਾਡੇ ਕੋਲ ਆਵਾਜ਼ ਪਛਾਣ ਲਈ ਜੀ ਮੈਂ ਬੁਲਾ ਲਿਆ ਜੀ ਮੇਰੇ ਕੋ ਮਨ ਗਏ ਜੀ ਮੇਰੇ ਕੋ ਸਬੂਤ ਨੇ ਜੀ ਲਓ ਜੀ ਕਰ ਦਿੱਤਾ ਸਸਪੈਂਡ ਤੇ ਹੁਣ ਉਹ ਕੋਰਟ ਕਚਹਿਰੀ 'ਚ ਚੱਲ ਰਿਹਾ ਮਾਮਲਾ ਤੇ ਮੰਤਰੀਪਦ ਤੋਂ ਬਰਖਾਸਤ ਨੇ ਪਰ ਵਿਧਾਨ ਸਭਾ ਨੂੰ ਲੈ ਕੇ ਵਿਧਾਨ ਸਭਾ ਦੀ ਕਾਰਜਸ਼ਾਲੀ ਨੂੰ ਲੈ ਕੇ ਜਿਹੜੀ ਕਮੇਟੀਆਂ ਬਣੀਆਂ ਨੇ ਉਹਨਾਂ ਦੀ ਬੈਠਕ 'ਚ ਵੀ ਜੇ ਸਿੰਘਲਾ ਜੀ ਹਾਜ਼ਰ ਹੁੰਦੇ ਨੇ ਤੇ ਮਾਮਲਾ ਭੱਜ ਜਾਂਦਾ ਕਹਿੰਦੇ ਭਾਈ ਪ੍ਰਾਣੇ ਮੰਤਰੀ ਨੇੜੇ ਹੋ ਰਹੇ ਪਤ ਦੇ ਨਵੇਂ ਮੰਤਰੀ ਦੂਰ ਜੋੜੇ ਮਾਜਰਾ ਨੂੰ ਕਹਿੰਦੇ ਵਿਭਾਗ ਬਦਲਣ ਦੀ ਇਹ ਚਰਚਾ ਵੀ ਜੋੜੇ ਮਾਜਰਾ ਦੇ ਕਹਿੰਦੇ ਮੰਤਰਾਲੇ ਚੋਂ ਬਾਹਰ ਕਰਨ ਦੀ ਵਿਚਾਰ ਚਰਚਾ ਵੀ ਪਰ ਵਿਜੇ ਸਿੰਘਲਾ ਪੁਰਾਣੇ ਮੰਤਰੀ ਜਿਹਦੇ ਉੱਤੇ ਖੁਦ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਮੇਰੇ ਕੋ ਸਬੂਤ ਨੇ ਤੇ ਮੇਰੇ ਕੋ ਮੰਨੇ ਨੇ ਉਹ ਕਹਿੰਦੇ ਅੱਜ ਕੱਲ ਕਮੇਟੀ ਦੀਆਂ ਮੀਟਿੰਗਾਂ ਸਾਹ ਜਰ ਹੁੰਦੇ ਨੇ ਸੋ ਇਸ ਨੂੰ ਲੈ ਕੇ ਕਾਂਗਰਸੀਆਂ ਨੇ ਵੀ ਰੌਲਾ ਪਾਇਆ ਅਕਾਲੀਆਂ ਨੇ ਵੀ ਰੌਲਾ ਪਾਇਆ ਮੀਡੀਆ 'ਚ ਵੀ ਗੱਲ ਚੱਲੀ ਪਰ ਉਧਰ ਵਿਜੇ ਸਿੰਘਲਾ ਕਹਿੰਦੇ ਕਿ ਭਾਈ ਮੈਨੂੰ ਐਮ ਐਲ ਏ ਸ਼ਿਪ ਤੋਂ ਥੋੜਾ ਖਾਰਜ ਕੀਤਾ ਮੈਨੂੰ ਮੰਤਰੀ ਮੰਡਲ ਚੋਂ ਬਾਹਰ ਕੀਤਾ ਮੈਂ ਐਮਐਲਏ ਤਾਂ ਹੈਗਾ ਆ ਮਾਦੀ ਪਾਰਟੀ ਦਾ ਸੋ ਨਾ ਮੈਨੂੰ ਵਿਧਾਨ ਸਭਾ ਨੇ ਖਾਰਜ ਕੀਤਾ ਨਾ ਮੈਨੂੰ ਕੋਰਟ ਨੇ ਕੋਈ ਰੋਕ ਲਈ ਆ ਸੋ ਨਾ ਮੈਂ ਕੋਰਟ ਚੋ ਦੋਸ਼ੀ ਕਰਾਰ ਆ ਇਸ ਲਈ ਮੈਂ ਤਾਂ ਮੀਟਿੰਗਾਂ ਚਾਹੂੰਗਾ ਸੋ ਚਲੋ ਚੱਲੀ ਜਾਂਦੇ ਸਰ ਪਰ ਜਿਹੜਾ ਜੋੜੇ ਮਾਦਰਾਂ ਦੀ ਦੂਰੀ ਦਾ ਮਾਮਲਾ ਉਸ ਮਾਮਲੇ ਨੇ ਧਿਆਨ ਲਿਆਂਦਾ 22 ਚਾਂਸਲਰ ਦਾ 22 ਚਾਂਸਰ ਨਾਲ ਜਿਹੜਾ ਬਿਵਾਦ ਹੋਇਆ ਜੋੜੇ ਮਾਜਰੇ ਦਾ ਉਹ ਸਾਰੇ ਮਸਲੇ ਨੇ ਹਸਪਤਾਲ ਦੀ ਸੇਵਾ ਤੋਂ ਧਿਆਨ ਹਟਾ ਦਿੱਤਾ ਹਸਪਤਾਲ 'ਚ ਗੱਦੇ ਨਹੀਂ ਹੈਗੇ ਆਪਸਰ 'ਚ ਚਾਦਰਾਂ ਨਹੀਂ ਹੈਗੀਆਂ ਹਸਲ 'ਚ ਬੈੱਡ ਠੀਕ ਨਹੀਂ ਹੈਗੇ ਹਸਲ 'ਚ ਬਾਥਰੂਮਾਂ 'ਚ ਟੂਟੀਆਂ ਨਹੀਂ ਹੈਗੀਆਂ ਦਰਵਾਜ਼ੇ ਨਹੀਂ ਹੈਗੇ ਕੁੰਡੀਆਂ ਨਹੀਂ ਹੈਗੀਆਂ ਪ੍ਰਬੰਧ ਨਹੀਂ ਪੂਰਾ ਹੈਗਾ ਫਰ ਏਸੀ ਤੱਕ ਨਹੀਂ ਚੱਲਦੇ ਜਿਹੜੇ ਉੱਥੇ ਆਪਰੇਸ਼ਨ ਥੀਟਰ ਨੇ ਉਹਨਾਂ ਦੇ ਵਿੱਚ ਫਰਾਟੇ ਪੱਖੇ ਲਾ ਕੇ ਡਾਕਟਰਾਂ ਨੂੰ ਆਪਰੇਸ਼ਨ ਕਰਨੇ ਪੈਂਦੇ ਨੇ ਹੈ ਇੱਥੋਂ ਤੱਕ ਕਿ ਐਮ ਆਰ ਆਈ ਮਸ਼ੀਨ ਨੀਕੇ ਨਸਾਲਾਂ ਤੋਂ ਚੱਲਦੀ ਸੋ ਇਹ ਸਾਰੇ ਕਿੱਡੇ ਮੁੱਦੇ ਨੇ ਤੇ ਜਿਹਦੇ ਖਿਲਾਫ ਉੱਥੇ ਲੋਕ ਰੋਸੇ 'ਚ ਨੇ ਉੱਥੇ ਦੇ ਮੁਲਾਜ਼ਮ ਰੋਸੇ ਵਿੱਚ ਨੇ ਉੱਥੇ ਸੰਗਠਨ ਰੋਸੇ ਵਿੱਚ ਨੇ ਸ਼ਹਿਰ 'ਚ ਪ੍ਰਦਰਸ਼ਨ ਹੋ ਰਹੇ ਨੇ ਕਿ ਬੀਸੀ ਨੂੰ ਵਾਪਸ ਨਹੀਂ ਆਉਣ ਦੇਵਾਂਗੇ ਪਰ ਉਧਰ ਬੀਸੀ ਸਾਹਿਬ ਨੇ ਫੈਸਲਾ ਲੈ ਲਿਆ ਕਿ ਹੁਣ ਨਹੀਂ ਜਾਣਾ ਮੁੱਖ ਮੰਤਰੀ ਦਫ਼ਤਰ ਤੋਂ ਵਾਰ-ਵਾਰ ਸੰਪਰਕ ਸੱਦਿਆ ਜਾਂਦਾ ਹਰ ਜੋਈਆਂ ਬੇਨਤੀਆਂ ਕੀਤੀਆਂ ਜਾਂਦੀਆਂ ਮਿਲਣ ਲਈ ਬੁਲਾਇਆ ਜਾਂਦਾ ਪਰ 22 ਚਾਂਸਲ ਡਾਕਟਰ ਰਾਜਵਾਧਰ ਕਹਿੰਦੇ ਨਾ ਅਸਤੀਫਾ ਪ੍ਰਬੰਧ ਕਰੋ ਦੁਬਾਰਾ ਅਪਰੋਚ ਕੀਤੀ ਜਾਂਦੀ ਕਿ ਮਿਲਣਾ ਚਾਹੁੰਦੇ ਨੇ ਮੁੱਖ ਮੰਤਰੀ ਸਾਹਿਬ 22 ਚਾਂਸਲ ਕਹਿੰਦੇ ਨਾ ਜੀ ਆਸਮਾਨ ਵੀ ਚੱਕੋ ਉਹਨਾਂ ਨੇ ਆਪਣੀ ਗੱਡੀ ਵੀ ਭੇਜਤੀ ਸਰਕਾਰੀ ਜਿਹੜੀ ਸੀਗੀ ਉਹ ਵੀ ਵਾਪਸ ਬਾਬਾ ਫਰੀਦ ਯੂਨੀਵਰਸਿਟੀ ਨੂੰ ਭੇਜਤੀ ਇਸੇ ਤਰ੍ਹਾਂ ਨਾਲ ਉਹਨਾਂ ਨੇ ਆਪਣਾ ਮੋਬਾਈਲ ਵੀ ਭੇਜਤਾ ਆਪਣਾ ਲੈਪਟਾਪ ਵੀ ਭੇਜਤਾ ਆਪਣੇ ਸੁਰੱਖਿਆ ਗਾਰਡ ਵੀ ਵਾਪਸ ਕਰਤੇ ਆਪਣਾ ਡਰਾਈਵਰ ਵੀ ਵਾਪਸ ਕਰਤਾ ਸੋ ਰੋਸੇ 'ਚ ਨੇ ਕਿਉਂਕਿ ਕਹਿਣ ਵਾਲੇ ਕਹਿੰਦੇ ਨੇ ਕਿ ਅੱਜਕੱਲ ਕਾਂ ਪਰ ਦੱਸਣ ਵਾਲੇ ਦੱਸਦੇ ਨੇ ਕਿ ਤਾਰਾ ਬੀਜੇਪੀ ਨਾਲ ਨੇ ਬੀਜੇਪੀ ਪੰਜਾਬ ਦੇ ਵਿੱਚ ਬਾਦਲਾਂ ਦਾ ਰਾਜ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਅਕਾਲੀ ਜਲਦੀ ਸਰਕਾਰ ਤੇ 22 ਚਾਂਸਲ ਡਾਕਟਰ ਰਾਜਬਾਦਰ ਬਾਬਾ ਫਰੀਦ ਯੂਨੀਵਰਸਿਟੀ ਦੇ ਪੰਜਾਬ ਚ ਸੱਤਾ ਬਦਲਦੀ ਆ ਕਾਂਗਰਸ ਦਾ ਰਾਜ ਆਉਂਦਾ ਕੈਪਟਨ ਨਮਿੰਦਰ ਸਿੰਘ ਮੁੱਖ ਮੰਤਰੀ ਬਣਦੇ ਨੇ ਬਾਬਾ ਫਰੀਦ ਯੂਨੀਵਰਸਿਟੀ ਦੇ 22 ਚਾਂਸਲ ਡਾਕਟਰ ਰਾਜਬਾਦਰ ਕੈਪਟਨ ਨਮਿੰਦਰ ਨੂੰ ਪਾਰਟੀ ਲਾਂਬੇ ਕਰ ਦਿੰਦੀ ਆ ਉਹਨਾਂ ਦੀ ਬਦਾ ਉਹਨਾਂ ਦੇ ਮੈਂਬਰਾਂ ਨੂੰ ਵੀ ਪਰੇ ਕਰਦੀ ਆ ਉਹਨਾਂ ਦੇ ਸਾਥੀਆਂ ਨੂੰ ਵੀ ਪਰੇ ਕਰਦੀ ਆ ਉਹਨਾਂ ਦੇ ਮੰਤਰੀ ਬਦਲ ਦਿੰਦੀ ਆ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਲਿਆਉਂਦੀ ਆ ਪਰ 22 ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਦੇ ਡਾਕਟਰ ਰਾਜਬਹਾਦਰ ਪੰਜਾਬ ਨੇ ਬਦਲਾ ਲਿਆਂਦਾ 92 ਐਮਐਲਏ ਚੋਂ ਦੇ ਤੇ ਆਮ ਆਦਮੀ ਪਾਰਟੀ ਦੇ ਭਗਵੰਤ ਸਾਨੂ ਨੂੰ ਮੁੱਖ ਮੰਤਰੀ ਬਣਾਤਾ ਆਮ ਆਦਮੀ ਪਾਰਟੀ ਸਰਕਾਰ ਬਣਾਤੀ ਪਰ ਬਾਬਾ ਫਰੀਦ ਯੂਨੀਵਰਸਿਟੀ ਦੇ 22 ਚਾਂਸਲਰ ਡਾਕਟਰ ਰਾਜਬਹਾਦਰ ਸੋ ਡਾਕਟਰ ਰਾਜਬਹਾਦਰ ਨੂੰ ਕਹਿੰਦੇ ਜੀ ਵਾਈਸ ਚਾਂਸਲਰ ਲਾਉਣ ਦਾ ਅਧਿਕਾਰ ਰਾਜਪਾਲ ਕੋਲ ਵਾਈਸ ਚਾਂਸਲਰ ਦਾ ਅਸਤੀਫਾ ਪ੍ਰਵਾਨ ਕਰਦਾ ਅਧਿਕਾਰ ਰਾਜਪਾਲ ਕੋਲ ਉਹ ਰਾਜਪਾਲ ਸਾਹਿਬ ਕਹਿੰਦੇ ਕੇਂਦਰ ਤੋਂ ਲੱਗਦੇ ਨੇ ਕੇਂਦਰ ਦਾ ਮਤਲਬ ਕਹਿੰਦੇ ਨਰਿੰਦਰ ਮੋਦੀ ਔਰ ਬੀਜੇਪੀ ਬੀਜੇਪੀ ਅਤੇ ਬੀਜੇਪੀ ਦਾ ਮਤਲਬ ਕਹਿੰਦੇ ਆਰਐਸਐਸ ਇਸ ਲਈ ਕਹਿੰਦੇ ਆਸ਼ੀਰਵਾਦ ਉੱਥੋਂ ਆ ਸੋ ਸਰਕਾਰਾਂ ਬਦਲਦੀਆਂ ਰਹੀਆਂ ਤਿੰਨ ਸਰਕਾਰਾਂ ਬਦਲੀਆਂ ਚਾਰ ਮੁੱਖ ਮੰਤਰੀ ਬਦਲੇ ਪਰ ਡਾਕਟਰ ਰਾਜ ਭਾਦਰ ਦਾ ਵਾਈਸ ਚਾਂਸਲਰ ਦਾ ਉਹਦਾ ਭਰਕਰਾਰ ਰਿਹਾ ਇਸ ਲਈ ਸਵਾਲ ਉੱਠੇ ਕਹਿੰਦੇ ਇਹ ਸ਼ਿਰਵਾਦ ਉੱਥੋਂ ਵੀ ਆ ਪਰ ਅੱਜ ਕੱਲ ਕਹਿੰਦੇ ਕਾਂਗਰਸ ਦੇ ਹੱਥ ਇਹ ਸਾਰੀ ਚਰਚਾ ਨੇ ਇੱਕ ਨਵੀਂ ਚਰਚਾ ਛੇੜੀ ਕਿ ਜਿਹੜੀਆਂ ਹਿਮਾਚਲ ਦੀਆਂ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਕਿ ਉਹ ਚ ਡਾਕਟਰ ਰਾਜਬਹਾਦਰ ਚੋਣ ਲੜਨ ਜਾ ਰਹੇ ਨੇ ਅਸਲ ਚ ਇਹ ਚਰਚਾ ਵੀ ਆਮ ਆਦਮੀ ਪਾਰਟੀ ਦੇ ਘਰੋਂ ਹੀ ਨਿਕਲ ਕੇ ਆਈ ਆ ਆਮ ਆਦਮੀ ਪਾਰਟੀ ਦੀਆਂ ਮੁਰਲੀ ਕਤਾਰ ਦੀਆਂ ਜਿਹੜੀਆਂ ਧਿਰਾਂ ਨੇ ਜਾਂ ਲੀਡਰ ਨੇ ਉਹਨਾਂ ਨੇ ਇਹ ਵੀ ਵਿਚਾਰਿਆ ਕਿ ਜੇ ਬਾਈ ਚਾਂਸਲਰ ਸਾਹਿਬ ਦੁਬਾਰਾ ਉੱਥੇ ਜਾਣ ਲਈ ਨਹੀਂ ਮੰਨਦੇ ਚੋੜੇ ਮਾਜਰਾ ਨੂੰ ਆਪਾਂ ਹਟਾ ਕੇ ਹੁਣਾਂ ਹੋਰ ਫਜ਼ੀਅਤ ਕਰਾ ਨਹੀਂ ਸਕਦੇ ਸਰਕਾਰ ਦੀ ਕਿਉਂਕਿ ਪਹਿਲਾਂ ਵੀ ਸੇਤ ਮੰਤਰੀ ਇੱਕ ਬਦਲ ਦਿਆ ਸੋ ਜੇ ਹੁਣ ਵੀ ਬਦਲੇ ਤਾਂ ਜਾਦੇ ਰੋਲਾ ਪਊਗਾ ਬਾਈ ਚਾਂਸਲਰ ਹੋਣੀ ਮੰਨ ਨਹੀਂ ਰਿਹਾ ਤਾਂ ਕਿਉਂ ਨਾ ਉਹਨਾਂ ਨੂੰ ਨਵਾਂ ਰੁਤਬਾ ਤਾਜਿਆਵੇ ਕੋਈ ਅਹੁਦੇ ਵੀ ਵਿਚਾਰੇ ਕੋਈ ਹੋਰ ਥਾਵਾਂ ਤੇ ਭੇਜਣ ਦੀ ਚਰਚਾ ਵੀ ਕੀਤੀ ਦਿੱਲੀ ਲਾਉਣ ਬਾਰੇ ਵੀ ਸੋਚਿਆ ਬਹੁਤ ਕੁਝ ਪਰ ਇਸ ਦੇ ਵਿੱਚ ਵੀ ਸੋਚਿਆ ਕਿ ਕਿਉਂ ਨਾ ਆਮ ਆਦੀ ਪਾਰਟੀ ਚ ਰਲਾ ਲਈਏ ਕਿਉਂਕਿ ਕਾਂਗਰਸ ਤੇ ਭਾਜਪਾ ਕਿ ਡਾਕਟਰ ਰਾਜਬਹਾਦਰ ਦਾ અપਮਾਨ ਜੀ ਗੰਦੇ ਗੱਦੇ ਤੇ ਪਾਇਆ ਭਾਈ ਉਸ ਗੰਦੇ ਗੱਦੇ ਤੇ ਲੋਕ ਵੀ ਪੈਂਦੇ ਸੀ ਮਰੀਜ਼ ਵੀ ਪੈਂਦੇ ਸੀ ਚਲੋ ਪਰ ਕਾਂਗਰਸ ਔਰ ਬੀਜੇਪੀ ਉੱਥੇ ਹਿਮਾਚਲ ਚ ਮੁੱਦਾ ਬਣਾ ਰਹੀ ਆ ਪਰ ਨਵੰਬਰ ਚ ਚੋਣਾਂ ਨੇ ਤੇ ਆਮ ਆਦਮੀ ਪਾਰਟੀ ਸੋਚਣ ਲੱਗੀ ਕਿ ਕਿਉਂ ਨਾ ਆਪਾਂ ਡਾਕਟਰ ਰਾਜਬਹਾਦਰ ਨੂੰ ਸ਼ਾਮਲ ਕਰਾ ਲਈਏ ਤੇ ਇਹਨਾਂ ਨੂੰ ਉੱਥੇ ਚੋਣ ਲੜਾਦੀ ਕਿਉਂਕਿ ਉਹਨੇ ਨਾਲ ਸੰਬੰਧਤ ਨੇ ਹਿਮਾਚਲ ਖੇਤਰ ਤੋਂ ਆਉਂਦੇ ਨੇ Hindu ਭਾਈਚਾਰੇ ਨਾਲ ਸੰਬੰਧ ਰੱਖਦੇ ਨੇ ਚਲੋ ਜੀ ਨਾਮ ਵੱਡਾ ਚਰਚਾ ਵੱਡੀ ਆ ਸੋਚਣ ਲੜਾ ਦੋ ਉਹ ਅਜੇ ਸੋਚ ਰਹੀ ਸੀ ਕਿ ਕਾਂਗਰਸ ਹੱਥਾਂ-ਜੱਥਾਂ ਲੈ ਕੇ ਗੱਲ ਕਰਨ ਕਾਂਗਰਸ ਹੱਥ ਤੱਕ ਪਹੁੰਚ ਗਈ ਤੇ ਕਾਂਗਰਸ ਨਾਲ ਪੁਰਾਣਾ ਸਬੰਧ ਵੀ ਹੈ ਰਿਸ਼ਤਾ ਵੀ ਹੈ ਪਰਿਵਾਰਕ ਸਾਂਝ ਵੀ ਹੈ ਤੇ ਉਹਦੇ ਰਾਈ ਰਾਜਨੀਤਿਕ ਪੌੜੀਆਂ ਵੀ ਚੜਿਆ ਪਰਿਵਾਰ ਜੀ ਹਾਂ ਡਾਕਟਰ ਰਾਜ ਬਹਾਦਰ ਹੋਰਾਂ ਦੀ ਧਰਮ ਪਤਨੀ ਜੀ ਦੋ ਵਾਰ ਚੰਡੀਗੜ੍ਹ ਤੋਂ ਕਾਂਗਰਸ ਪਾਰਟੀ ਦੀ ਟਿਕਟ ਤੇ ਮੇਅਰ ਰਹੇ ਚੁੱਕੇ ਨੇ ਐਮਸੀ ਜਨਤ ਤੋਂ ਬਾਅਦ ਮੇਅਰ ਰਹੇ ਨੇ ਸੋ ਸਾਂਝ ਤਾਂ ਕਾਂਗਰਸ ਨਾਲ ਗੂੜੀ ਹੈ ਪਰ ਕਈ ਵਾਰ ਪੰਛੀ ਆਪਣੀ ਉਡਾਰ ਭਰ ਰਿਹਾ ਹੁੰਦਾ ਦਾਣਾ ਚੁਗ ਰਿਹਾ ਹੁੰਦਾ ਕਿ ਰਾਮ ਨਾਲ ਮ제 ਆ ਰਹੇ ਨੇ ਆਹ ਕੋਸੀ ਕੋਸੀ ਧੁੱਪਾ ਦਾਣਾ ਪਿਆ ਵਧੀਆ ਚੁਗ ਲੋ ਗੁੱਟਰ ਗੂੰ ਕਰ ਰਿਹਾ ਤੇ ਉੱਪਰੋਂ ਪਤਾ ਲੱਗਦਾ ਬਾਜ ਪੈਂਦਾ ਤੇ ਐ ਚੱਕ ਕੇ ਚਪਟਾ ਮਾਰ ਕੇ ਲੈ ਜਾਂਦਾ ਇਧਰ ਆਮ ਆਦਮੀ ਪਾਰਟੀ ਤੇ ਕਾਂਗਰਸ ਕਿਤੇ ਸੋਚ ਕੇ ਰਹਿ ਜਵੇ ਬੀਜੇਪੀ ਆਵੇ ਤੇ ਰਾਜ ਭਾਦਰ ਸਿੰਘ ਨੂੰ ਆਪਣੇ ਨਾਲ ਲੈ ਜਾਵੇ ਕੋਈ ਪਤਾ ਨਹੀਂ ਉਹਨਾਂ ਨੂੰ ਇਹ ਆਉਂਦਾ ਏ ਕਿਸੇ ਦੇ ਘਰ ਚੋਂ ਮੰਤਰ ਕੇ ਕਿਸੇ ਨੂੰ ਲੈ ਜਾਣਾ ਸੋ ਇਸ ਲਈ ਇਹ ਵੀ ਚਰਚਾ ਹੈ ਕਿਉਂਕਿ ਇੱਕ ਜੇ ਚਾਰ ਵਾਰ ਚਾਰ ਮੁੱਖ ਮੰਤਰੀਆਂ ਦੇ ਕਾਰਜਕਾਲ ਚ ਵੀ ਬੀਸੀ ਬਣੇ ਰਹਿਣਾ ਸੋ ਇਸ ਲਈ ਇਹ ਚੰਗੀ ਚਰਚਾ ਹੈ ਕਿ ਬੀਜੇਪੀ ਵੀ ਇਹ ਸੋਚਣ ਲੱਗੀਆਂ ਹੁਣ ਕਿ ਕਿਉਂ ਨਾ ਆਪਾਂ ਉਹਨਾਂ ਨੂੰ ਅਪਣਾ ਲਈਏ ਆਪਾਂ ਉਮੀਦਵਾਰ ਬਣਾ ਦਈਏ ਹੁਣ ਫੈਸਲਾ ਰਾਜਬਾਦਰ ਦੇ ਹੱਥਾ ਕਿ ਉਹ ਰਾਜਨੀਤੀ ਜਾਣਾ ਚਾਹੁੰਦੇ ਨੇ ਜਾਂ ਆਪਣੇ ਡਾਕਟਰੀ ਪੇਸ਼ੇ ਦੀ ਸੇਵਾ ਨਿਭਾਉਣਾ ਚਾਹੁੰਦੇ ਨੇ ਸੋ ਬਤੌਰ ਪ੍ਰਬੰਧਕ ਉਹਨਾਂ ਦੇ ਉੱਤੇ ਸਵਾਲ ਉੱਠੇ ਨੇ ਬਤਾਓ ਡਾਕਟਰ ਕਿਸੇ ਨੇ ਸਵਾਲ ਨਹੀਂ ਉਠਾਇਆ ਸੋ ਪ੍ਰਬੰਧਕ ਵੱਜੋਂ ਜੇਕਰ ਉਹ ناکਾਮ ਰਹੇ ਨੇ ਉਹ ਉਹਨੂੰ ਦੁਬਾਰਾ ਜਾਣਾ ਵੀ ਨਹੀਂ ਚਾਹੁੰਦੇ ਉਹਨਾਂ ਨੂੰ ਪਤਾ ਕਿ ਜੇ ਮੈਂ ਦੁਬਾਰਾ ਗਿਆ ਤਾਂ ਮੇਰਾ ਰੋਸ ਪਹਿਲਾਂ ਨਾਲੋਂ ਵੱਧ ਹੋਣਾ ਮੇਰਾ ਵਿਰੋਧ ਮੇਰੀ ਮੁਖਾਲਫਤ ਪਹਿਲਾਂ ਨਾਲੋਂ ਵੱਧ ਹੋਣੀ ਆ ਇਸ ਲਈ 22 ਚਾਂਸਲ ਤਾਂ ਉੱਥੋਂ ਪਿੱਛੇ हट ਚੁੱਕੇ ਨੇ ਪਰ ਉਹ ਕਿਹੜੀ ਰਾਜਨੀਤੀ ਦੇ ਖੇਤਰ 'ਚ ਨਜ਼ਰ ਆਉਣਗੇ ਇਹ ਆਉਣ ਵਾਲੇ ਕੁਝ ਮਹੀਨਿਆਂ 'ਚ ਹੀ ਸਾਫ਼ ਹੋ ਜਾਏਗਾ ਜੇਕਰ ਉਹਨਾਂ ਨੇ ਕਿਸੇ ਰਾਜਨੀਤੀ ਪਾਰਟੀ ਦਾ ਰੁਖ ਕਰ ਲਿਆ ਕਿਸੇ ਪਾਰਟੀ 'ਚ ਸ਼ਾਮਲ ਹੋ ਗਏ ਤਾਂ ਸਮਝ ਲਓ ਉਹ ਵਿਧਾਨ ਸਭਾ ਦੀ ਚੋਣਾਂ ਹਮਾਚ ਤੋ ਫਿਰ ਜੇਕਰ ਉਹ ਆਮ ਆਦਮੀ ਪਾਰਟੀ ਤੋਂ ਉਲਟ ਗਏ ਤਾਂ ਆਮ ਆਦਮੀ ਪਾਰਟੀ ਦੇ ਖਿਲਾਫ ਇੱਕ ਵੱਡਾ ਮੁੱਦਾ ਖੜਾ ਵੀ ਹੋ ਜਾਣਾ ਚਲੋ ਗੱਲ ਪੰਜਾਬ ਦੀ ਪੰਜਾਬ ਦੀ ਪੰਜਾਬ ਦੇ ਅੰਮ੍ਰਿਤਸਰ ਤੋਂ ਕਾਰਸ਼ੀਲ ਸ਼੍ਰੋਮਣੀ ਗੁਰਦੁਆਰਾ ਪੰਧਕ ਕਮੇਟੀ ਪੰਥਕਦਰ ਦੀ ਨੁਮਾਇੰਦਗੀ ਕਰਨ ਵਾਲੀ ਗੁਰੂ ਘਰਾਂ ਦੀ ਸੇਵਾ ਸੰਭਾਲ ਕਰਨ ਵਾਲੀ ਧਰਮ ਪ੍ਰਚਾਰ ਤੇ ਪ੍ਰਸਾਰ ਸੇਵਾ ਨਿਭਾਉਣ ਵਾਲੀ ਤੇ ਕਹਿੰਦੇ ਕਿ ਅੱਜ ਕੱਲ੍ਹ ਧਾਮੀ ਸਾਹਿਬ ਖੁਦ ਫਿਕਰ ਮੰਨਦੇ ਨੇ ਕਿ ਦਿੱਲੀ ਕਮੇਟੀ ਆ ਗਈ ਜੀ ਇੱਥੇ ਦਫਤਰ ਖੋਲ ਲਿਆ ਜੀ ਇਹ ਆੜ ਧਰਮ ਪ੍ਰਚਾਰ ਦੀ ਲੈ ਰਹੇ ਨੇ ਧਾਮੀ ਸਭ ਕਹਿੰਦੇ ਪਰ ਇੱਕ ਕੰਮ ਬੀਜੇਪੀ ਦਾ ਕਰ ਰਹੇ ਨੇ ਜੀ ਇਹ ਬੀਜੇਪੀ ਲਈ ਪ੍ਰਚਾਰ ਕਰ ਰਹੇ ਨੇ ਸੋ ਜਦੋਂ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਪਾਰਟੀਆਂ ਦੀ ਨੁਮਾਇੰਦਗੀ ਕਰਨ ਲਈ ਦਿੱਲੀ ਗੁਰਦੁਆਰਾ ਪ੍ਰੰਧਕ ਕਮੇਟੀ ਕਿਸੇ ਸਮੇਂ ਕਾਂਗਰਸ ਦੇ ਹੱਥਾਂ 'ਚ ਵੀ ਖੇਡਦੀ ਰਹੀ ਹੈ ਅੱਜ ਕੱਲ੍ਹ ਕਹਿੰਦੇ ਬੀਜੇਪੀ ਦੇ ਹੱਥਾਂ 'ਚ ਖੇਡਦੀ ਹੈ ਪੰਜਾਬ 'ਚ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਦੇ ਨਾਲ ਕਿਸੇ ਸਮੇਂ ਅਕਾਲੀ ਦਲ ਚੱਲਦਾ ਸੀ ਅੱਜ ਕੱਲ੍ਹ ਕਹਿੰਦੇ ਅਕਾਲ ਸੋ ਇਸ ਲਈ ਜਦੋਂ ਪਾਰਟੀਆਂ ਨਾਲ ਜੁੜ ਗਏ ਤਾਂ ਥੋੜਾ ਦਾਇਰਾ ਵੀ ਸੀਮਿਤ ਹੋ ਗਿਆ ਤੁਹਾਡੀ ਅਪਰੋਚ ਵੀ ਸੀਮਿਤ ਹੋ ਗਈ ਤੇ ਇੱਧਰ ਪੰਜਾਬ ਦੇ ਵਿੱਚ ਇੱਕ ਵੱਡੀ ਫਿਕਰਮੰਦੀ ਜਾਂ ਜਿੱਥੇ-ਜਿੱਥੇ ਸਿੱਖ ਭਾਈਚਾਰਾ ਵੱਸਦਾ ਉੱਥੇ-ਉੱਥੇ ਪੰਜਾਬ ਦੇ ਸਣੇ ਭਾਰਤ ਦੇ ਬਾਕੀ ਸੂਬਿਆਂ 'ਚ ਫਿਕਰਮੰਦੀ ਵਧੀ ਕਿ ਭਾਈ ਸਿੱਖਾਂ ਦੇ ਵਿੱਚੋਂ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਉਹਨਾਂ ਨੂੰ 크ਰਿਸਚੀਅਨ ਬਣਾਇਆ ਜਾ ਰਿਹਾ ਸੋ ਵੱਡਾ ਮੁੱਦਾ ਬੇਸ਼ੱਕ ਵਿਅਕਤੀ ਦੀ ਸਵੈ ਇੱਛਾ ਤੇ ਨਿਰਪੱਖ ਕਰਦਾ ਕਿ ਕਿਸ ਧਰਮ ਨੂੰ ਪ੍ਰਵਾਨ ਕਰੇ ਕਿਸ ਧਰਮ 'ਚ ਜਾਵੇ ਕਿਸ ਧਰਮ ਨੂੰ ਮੰਨੇ ਹਰ ਤਰਮ ਪ੍ਰਚਾਰ ਹਰ ਤਰਮ ਦਾ ਆਪਣਾ ਫੈਸਲਾ ਹੈ ਹਰੇਕ ਨੂੰ ਅਧਿਕਾਰ ਹੈ ਪਰ ਇੱਥੇ ਸਵਾਲ ਹੈ ਕਿ ਕੀ ਉਹਨਾਂ ਨੂੰ ਸਬਜਵਾਗ ਦਿਖਾ ਕੇ ਕੀ ਉਹਨਾਂ ਨੂੰ ਪਰਮਾ ਕੇ ਕੀ ਉਹਨਾਂ ਨੂੰ ਲਾਲਚ ਚ ਲੈ ਕੇ ਸੋ ਜਾਂ ਉਹਨਾਂ ਨੂੰ ਲਗਾਤਾਰ ਜਿਵੇਂ ਇੱਕ ਸੰਸਾਰ ਚ ਮਤਲਬ ਕਿ ਦਿਖਾਇਆ ਜਾਂਦਾ ਜਿਵੇਂ ਟੈਲੀਵਿਜ਼ਨ ਤੇ ਇਸ਼ਤਿਹਾਰ ਇਸ ਕਦਰ ਦੇ ਇਸ਼ਤਿਹਾਰ ਆਉਂਦੇ ਨੇ ਕਿ ਬੱਚਾ ਦੇਖ ਕੇ ਕਹਿੰਦਾ ਆਹੀ ਚੀਜ਼ ਖਾਣੀ ਉਹਨੂੰ ਪਤਾ ਨਹੀਂ ਲੱਭਾ ਪਈ ਅੰਦਰ ਕੀ ਆ ਬਸ ਉਹ ਇਸ਼ਤਿਹਾਰ ਦੇਖ ਕੇ ਨਾ ਪ੍ਰਭਾਵਿਤ ਬਾਰ-ਬਾਰ ਸੋ ਕੀ ਉਸ ਤਰ੍ਹਾਂ ਤਰਮ ਪਰਵਰਤਨ ਨਹੀਂ ਖੇਡ ਜਾ ਰਹੀ ਹੈ ਤਾਂ ਉਹਦੇ ਲਈ ਸ਼੍ਰੋਮਣੀ ਕਮੇਟੀ ਨਾਲ ਸੰਬੰਧਿਤ ਧਿਰਾਂ ਵੀ ਸਿੱਖ ਸੰਗਠਨ ਵੀ ਸਿੱਖ ਧਰਮ ਨੂੰ ਮੰਨਣ ਵਾਲੀਆਂ ਧਿਰਾਂ ਵੀ ਇਸ ਗੱਲ ਲੈ ਕੇ ਫਿਕਰਮੰਦ ਨੇ ਕਿ ਲਗਾਤਾਰ ਸਿੱਖੀ ਤੇ ਹਮਲਾ ਹੋ ਰਿਹਾ ਹੈ ਲਗਾਤਾਰ ਸਿੱਖੀ ਦੇ ਘਰ ਤੋਂ ਤਰ ਪਰਵਰਤਨ ਦੀ ਖੇਡ ਹੋ ਰਹੀ ਹੈ ਪਰ ਇੱਧਰ ਜਦੋਂ ਸਵਾਲ ਆਉਂਦਾ ਕਿ ਕੀ ਸ਼੍ਰੋਮਣੀ ਕਮੇਟੀ ਸਹੀ ਭੂਮਿਕਾ ਨਹੀਂ ਨਿਭਾ ਪਾਰੀ ਤਾਂ ਇਹ ਕਾੰਕੜੇ ਬਹੁਤ ਗਵਾਹੀ ਭਰਦੇ ਨੇ ਅੰਕੜੇ ਦਮ ਭਰਦੇ ਨੇ ਕਿ ਬਹੁਤ ਕੁਝ ਹੋ ਰਿਹਾ ਪਰ ਧਰਾਤਲ ਤੇ ਉਲਟ ਹੋ ਰਿਹਾ 3 ਅਰਬ ਰੁਪਈਆ ਸਿੱਖੀ ਦੇ ਧਰਮ ਪ੍ਰਚਾਰ ਲਈ ਖਰਚਾ ਜਾਂਦਾ 10 ਅਰਬ ਦਾ ਬਜਟ ਹੈ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦਾ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ 10 ਅਰਬ ਦੇ ਬਜਟ ਦੇ ਵਿੱਚੋਂ 3 ਅਰਬ ਰੁਪਇਆ ਸਿੱਖੀ ਦੇ ਪ੍ਰਚਾਰ ਲਈ ਪ੍ਰਸਾਰ ਲਈ ਅੰਮ੍ਰਿਤ ਅੰਮ੍ਰਿਤ ਸੰਚਾਰ ਲਈ ਖਰਚਿਆ ਜਾਂਦਾ ਤੇ ਉਹਦੇ باوجود ਵੀ ਧਰਮ ਪਰਿਵਰਤਨ ਹੈ ਇਸ ਵਾਰ 2022 ਦਾ ਜਿਹੜਾ ਕੁੱਲ ਬਜਟ ਹੈ ਉਹ 9 ਅਰਬ 88 ਕਰੋੜ 15 ਲੱਖ ਰੁਪਈਆ ਤੇ ਇਹਦੇ ਵਿੱਚੋਂ 300 ਕਰੋੜ ਰੁਪਈਆ ਧਰਮ ਪ੍ਰਚਾਰ ਲਈ ਰੱਖਿਆ ਗਿਆ ਮਤਲਬ 3 ਅਰਬ ਰੁਪਈਆ ਇਹਦੇ ਵਿੱਚੋਂ 70 ਕਰੋੜ ਰੁਪਈਆ ਸਿੱਧਾ ਧਰਮ ਪ੍ਰਚਾਰ ਕਮੇਟੀ ਨੂੰ ਜਾਂਦਾ ਹੈ ਧਰਮ ਪ੍ਰਚਾਰ ਕਮੇਟੀ ਲਈ ਖਰਚਿਆ ਜਾਂਦਾ ਪਰ ਇਸ ਤੋਂ ਬਿਨਾ ਜਿਹੜੇ ਬਾਕੀ ਕਾਰਜ ਨੇ ਉਹ ਵੀ ਸ਼੍ਰੋਣੀ ਕਮੇਟੀ ਕਰਦੀ ਹੈ ਚਾਹੇ ਮੁਲਾਜ਼ਮਾਂ ਦੀ ਤਨਖਾਹ ਹੋਵੇ ਚਾਹੇ ਦਫ਼ਤਰਾਂ ਦੀ ਸਾਮ ਸੰਭਾਲ ਹੋਵੇ ਚਾਹੇ ਗੁਰੂ ਘਰਾਂ ਦੀ ਸੇਵਾ ਸੰਭਾਲ ਦਾ ਮਸਲਾ ਹੋਵੇ ਪਰ ਉਹਦੇ ਨਾਲ ਨਾਲ ਪ੍ਰਚਾਰ ਤੇ ਪ੍ਰਸਾਰ ਲਈ ਹੈ ਗੁਰਮਤ ਜਿਹੜਾ ਛਾਪਿਆ ਜਾਂਦਾ ਹੈ ਮਤਲਬ ਕਿ ਉਹ ਪਰਚਿਆਂ ਦੇ ਰੂਪ ਚ ਕਿਤਾਬਾਂ ਦੇ ਰੂਪ ਚ ਇਸੇ ਤਰ੍ਹਾਂ ਸਾਲਾਨਾ ਮੈਗਜ਼ੀਨ ਮਨਥਲੀ ਮੈਗਜ਼ੀਨ ਉਹਨਾਂ ਦੇ ਰੂਪ ਦੇ ਰਸਾਲਿਆਂ ਦੇ ਰੂਪ ਚ ਸੁੱਤਰਨ ਪ੍ਰਚਾਰ ਇਸ ਤਰੀਕੇ ਨਾਲ ਵੀ ਕੀਤਾ ਜਾਂਦਾ ਫਿਰ ਇਸੇ ਤਰ੍ਹਾਂ ਮਤਲਬ ਕਿ ਨਾਲ ਦੀ ਨਾਲ ਜਿਵੇਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚੋਂ ਗੁਰੂ ਘਰਾਂ ਦੇ ਵਿੱਚ ਜਾ ਕੇ ਦੀਵਾਨ ਸਜਾਣੇ ਗੁਰਮਤ ਮੁਕਾਬਲੇ ਕਰਾਉਣੇ ਹੈ ਫਿਰ ਅੰਮ੍ਰਿਤ ਸੰਚਾਰ ਰਹੀਂ ਤੋ ਬਖਵਕ ਬਧਾਵਾ ਰਹੀਂ ਬੱਚਿਆਂ ਤੱਕ ਫਿਰ 100 ਦੇ ਕਰੀਬ ਸਕੂਲੀ ادارے ਕਾਲਜੀ ادارے ਵਿਦਿਅਕ ادارے ਚਲਾਉਂਦੀ ਸ਼੍ਰੋਮਣੀ ਕਮੇਟੀ ਉਹਨਾਂ ਦੇ ਰਾਈ ਵੀ ਪ੍ਰਚਾਰ ਪ੍ਰਸਾਰ ਤੇ ਸਾਰੇ ਕਾਰਜ ਕਰਨ ਦੇ ਬਾਵਜੂਦ ਵੀ ਲਗਾਤਾਰ ਸਿੱਖੀ ਦੇ ਵਿੱਚੋਂ ਧਰਮ ਪਰਿਵਰਤਨ ਸੋ ਇਸ ਦੇ ਉੱਤੇ ਸ਼੍ਰੋਮਣੀ ਕਮੇਟੀ ਨੂੰ ਗੌਰ ਕਰਨ ਦੀ ਲੋੜ ਹੈ ਕਿ ਅਸੀਂ ਆਹ ਸਾਰੇ ਕਾਰਜ ਨਿਭਾਵ ਹੀ ਰਹੇ ਹਾਂ ਧਰਮ ਪ੍ਰਚਾਰ ਵੀ ਕਰ ਰਹੇ ਹਾਂ ਪ੍ਰਸਾਰ ਵੀ ਕਰ ਰਹੇ ਹਾਂ ਅਮਰਤ ਸੰਚਾਰ ਵੀ ਕਰ ਰਹੇ ਹਾਂ ਵਿਦਿਅਕ ادارے ਵੀ ਚਲਾ ਰਹੇ ਹਾਂ ਤੇ ਇਹਨਾਂ ਦੇ ਉੱਤੇ ਵੀ ਕਰੀਬ-ਕਰੀਬ 2 ਅਰਬ 31 ਕਰੋੜ ਰੁਪਇਆ ਖਰਚਾ 2 ارب 31 ਕਰੋੜ 68 ਲੱਖ ਰੁਪਈਆ ਤੇ ਉਧਰ 70 ਕਰੋੜ ਰੁਪਈਆ ਧਰਮ ਪ੍ਰਚਾਰ ਕਮੇਟੀ ਤੋਂ ਕੁੱਲ ਮਿਲਾ ਕੇ 3 ارب ਰੁਪਈਆ ਬਣਦਾ ਇਹ ਜਿਹੜਾ ਸਾਲਾਨਾ ਖਰਚਾ ਜਾਂਦਾ ਸੋ ਸਾਲਾਨਾ 3 ارب ਰੁਪਈਆ ਖਰਚਣ ਦੇ ਬਾਵਜੂਦ ਵੀ ਧਰਮ ਪਰਿਵਰਤਨ ਦੀ ਜੇਕਰ ਪ੍ਰਵਿਰਤੀ ਜਾਰੀ ਆ ਤਾਂ ਉਹਦੇ ਤੇ ਗੌਰ ਕਰੋ ਕਿ ਉਹਦੇ ਕਿਹੜੇ ਪੈਮਾਨੇ ਨੇ ਜਿਹੜੇ ਤਾਂ ਨਵੇਂ ਧਰਮ ਤੋਂ ਪ੍ਰਭਾਵਿਤ ਹੋ ਕੇ ਜਾਂ ਉਹਨਾਂ ਤੋਂ ਪ੍ਰੇਰਿਤ ਹੋ ਕੇ ਜਾ ਰਹੇ ਨੇ ਉਹ ਇੱਕ ਵੱਖਰਾ ਸਵਾਲ ਆ ਜੇਕਰ ਕੋਈ ਇਸ ਮਨਸ਼ਾ ਨਾਲ ਜਾ ਰਿਹਾ ਕਿ ਮੇਰੇ ਜਵਾਬ ਨੂੰ ਨੌਕਰੀ ਮਿਲ ਜੂ ਮੇਰੇ ਜਵਾਬਕ ਨੂੰ ਚੰਗੀ ਪੜ੍ਹਾਈ ਮਿਲ ਜੂ ਮੇਰੇ ਜਵਾਬਕ ਨੂੰ ਵਿਦੇਸ਼ਾਂ ਚ ਸੈੱਟ ਕਰ ਦੇਣਗੇ ਸਾਡਾ ਪੱਕਾ ਘਰ ਬਣਾ ਦੇਣਗੇ ਸਾਡੀ ਕੁੜੀ ਦਾ ਵਿਆਹ ਕਰ ਦੇਣਗੇ ਹਾਂ ਸਾਡੇ ਬਜ਼ੁਰਗਾਂ ਦੇ ਦਵਾਈ ਦਾ ਇਲਾਜ ਹੋ ਜੂਗਾ ਸਾਨੂੰ ਸੁਖ ਸਹੂਲਤਾਂ ਮਿਲ ਜਾਣਗੀਆਂ ਫਿਰ ਗੌਰ ਕਰਨ ਦੀ ਲੋੜ ਸਿੱਖੀ ਦੇ ਵਿੱਚ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਤੇ ਉਹਦੇ باوجود ਵੀ ਜੇਕਰ ਕੁਝ ਭਾਈਚਾਰੇ ਆਰਥਿਕ ਤੌਰ ਤੇ ਕਮਜ਼ੋਰ ਬਖਵਕ ਵਰਗ ਉਹ ਤਬਦੀਲ ਕਰ ਰਹੇ ਨੇ ਆਪਣਾ ਧਰਮ ਤਾਂ ਉੱਥੇ ਸ਼੍ਰੋਮਣੀ ਕਮੇਟੀ ਨੂੰ ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰਕਾਂ ਨੂੰ ਸਿੱਖ ਨਮਾਇੰਦਿਆਂ ਨੂੰ ਭੁਮਕਾ ਨਵਾਉਣ ਦੀ ਲੋੜ ਹੈ ਰਿਪੋਰਟ ਚਿੰਤਾ ਪੈਦਾ ਕਰਦੀ ਆ ਕਿ 3 ਅਰਬ ਰੁਪਈਆ ਸਾਲਾਨਾ ਖਰਚ ਕੇ ਵੀ ਸਿੱਖਾਂ ਦੇ ਵਿੱਚੋਂ ਧਰਮ ਪਰਿਵਰਤਨ ਜੇਕਰ ਹੋ ਰਿਹਾ ਤਾਂ ਉਹਦੇ ਉੱਤੇ ਫਿਕਰਮੰਦੀ ਵੀ ਆ ਚਿੰਤਾ ਵੀ ਆ ਕਿਉਂਕਿ ਹਰ ਧਰਮ ਦਾ ਮਜ਼ਬੂਤ ਹੋਣਾ ਇਸ ਦੇਸ਼ ਲਈ ਬਹੁਤ ਜ਼ਰੂਰੀ ਆ ਸੋ ਇਹ ਸਵਾਲੇ ਨਾਲੇ ਕੁਝ ਖਾਸ ਖਬਰਾਂ ਲੈ ਕੇ ਹਾਜ਼ਰ ਸੀ ਫਿਰ ਪਰਤਾਂਗੇ ਤੁਸੀਂ ਦੇਖਦੇ ਰਹੋ ਲਿਬਰਲ ਟੀਵੀ ਪੰਜਾਬੀ ਲੋਕਾਂ ਦੀ ਆਵਾਜ਼ ਲੋਕਾਂ ਲਈ